Assalamu alaikum, good morning, good afternoon, good evening, wherever you're living. This is Qamar Saleem. Three, two, one. तो आज हम बैठे हैं इकट्ठे मौसम का जो नज़ारा चेक करो तुम नज़र आ रहे हो उन्होंने तुम पिछे काले बादल ठीक है तो ठंडी हवा चल रही है जिम्मे तुम वाल हिलते हुए नज़र आ रहे ने ठीक है ये ख्याल है परदेसी मुंडा ਜਿਹੜਾ ਨਾ ਕੀ ਚੱਲ ਰਿਹਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਅੱਜ ਕੱਲ ਮੈਂ ਤਾਂ ਨਿਊਜ਼ ਦੇ ਵਿੱਚ ਇੰਜ ਨਹੀਂ ਹੋਇਆ ਜਿਵੇਂ ਮੈਂ ਐਂਕਰ ਬਣ ਗਿਆ ਉਹਨਾਂ ਦਾ ਯਕੀਨ ਕਰੋ ਦਿਨ ਦੇ ਕਮ ਅਜ਼ ਕਮ ਵੀ 16-18 ਘੰਟੇ ਚੈਨਲਾਂ ਦੇ ਘੁੰਮ ਰਿਹਾ ਹੁੰਦਾ ਕਦੀ ਕਿਸੇ ਦਾ ਵਲੌਗ ਵੇਖ ਰਿਹਾ ਕੁਛ ਕਰ ਰਿਹਾ ਬਿਲਕੁਲ ਬਣੂ ਕੀ ਇਹ ਮੁਲਕ ਦਾ ਕੋਈ ਸਮਝ ਨਹੀਂ ਆ ਰਹੀ ਬਿਲਕੁਲ ਇਹੀ ਗੱਲ ਹੈ ਮੈਂ ਜਨਾਬ ਸਾਹਿਬ ਘਰ ਆਇਆ ਤੇ ਅੱਜ ਬਾਹਰ ਨਿਕਲਿਆ ਹੋਇਆ ਸੀ ਵਾਪਸ ਆਇਆ ਸੁੱਤਾ ਹੋਇਆ ਜਨਾਬ ਸਾਹਿਬ ਨਿਊਜ਼ ਚੱਲ ਰਹੀ ਲਾਗੇ ਵੱਡੇ ਚੱਲਦੇ ਕੰਧ ਤੇ ਸਪੀਕਰ ਦੇ ਉੱਤੇ ਨਿਊਜ਼ ਚੱਲ ਰਹੀ ਹੈ ਤੇ ਮੈਂ ਕਿਹਾ ਯਾਰ ਤੂੰ ਤੇ ਮੈਨੂੰ ਲੱਗਦਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਲੱਗਿਆ ਹੋਇਆ ਹੈ ਈਚ ਐਂਡ ਐਵਰੀਥਿੰਗ ਦੀ ਨਿਊਜ਼ ਦਾ ਉਹਨੂੰ ਵੀ ਨਹੀਂ ਪਤਾ ਹੋਣੀ ਨਹੀਂ ਆਹ ਉਹਨਾਂ ਨੂੰ ਮੇਰਾ ਅੱਜ ਕੱਲ੍ਹ ਸਿਰ ਇੰਨਾ ਪਤਾ ਛਾਪੇ ਮਾਰਨੇ ਨੇ ਬੰਦੇ ਫੜਨੇ ਨੇ ਪੀਟੀਆਈ ਦਾ ਜਿਹੜਾ ਬੰਦਾ ਪੀਟੀਆਈ ਦਾ ਬਸ ਚੁੱਕ ਲਓ ਤੇ ਯਾਰ ਤੈਨੂੰ ਕੀ ਲੱਗਦਾ ਹੈ ਮਤਲਬ ਜਿਹੜਾ ਇਮਰਾਨ ਖਾਨ ਨੇ ਧਰਨੇ ਦੀ ਕਾਲ ਦਿੱਤੀ ਹੈ ਲੌਂਗ ਮਾਰਚ ਦੀ ਸਿਚੁਏਸ਼ਨ ਕਿੱਧਰ ਜਾਂਦੀ ਹੋਈ ਨਜ਼ਰ ਆ ਰਹੀ ਹੈ ਕੱਲ ਮੇਰੇ ਖਿਆਲ ਨਾਲ ਲੌਂਗ ਮਾਰਚ ਸ਼ੁਰੂ ਹੋਣੀ ਹੁੰਦੀ ਨਜ਼ਰ ਆ ਰਹੀ ਮੈਨ ਤੇ ਮਸਲਾ ਮਤਲਬ ਨਜ਼ਰ ਆ ਰਿਹਾ ਹੈ ਫਿਲਹਾਲ ਮੈਨੂੰ ਕਿ ਉਹ ਆ ਰਹੇ ਨੇ ਅਗਰ ਉਹ ਪੂਰਾ ਮਨ ਆ ਰਹੇ ਨੇ ਤੁਸੀਂ ਆਪਣੀ ਤਿਆਰੀ ਰੱਖੋ ਠੀਕ ਹੈ ਤੁਸੀਂ ਮਤਲਬ ਕਿ ਆਪਣਾ ਜਿਹੜੇ ਚੈਲੰਜ ਹੋ ਵੀ ਤੁਸੀਂ ਤਿਆਰ ਕਰ ਰਹੇ ਹੋ ਹਰ ਚੀਜ਼ ਆਪਣਾ ਪ੍ਰੀਕਾਸ਼ਨਸ ਨੇ ਉਹ ਰੱਖੋ ਲੇਕਿਨ ਉਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਹੈ ਨਾ ਮਤਲਬ ਉਹ ਤੁਸੀਂ ਉਹਨਾਂ ਨੂੰ ਰੋਕੋ ਨਹੀਂ ਕਿਉਂਕਿ ਇਹ ਤੁਸੀਂ ਰੋਕ ਕੇ ਆਪਣਾ ਜਿਹੜਾ ਨਾ ਅੱਗੇ ਤੁਸੀਂ ਬਹੁਤ ਗੰਦਾ ਕਰ ਬੈਠੇ ਹੋ ਆਪਣੇ ਆਪ ਨੂੰ ਉੱਤੋਂ ਰਹਿੰਦਾ ਤੁਸੀਂ ਹੁਣ ਗੰਦਾ ਕਰ ਲੈਣਾ ਰੋਕ ਕੇ ਜੀ ਇਹ ਨੂਨ ਲੀਗ ਵਾਲਿਆਂ ਦੇ ਬਾਰੇ ਚ ਗੱਲ ਹੋ ਰਹੀ ਹੈ ਇਮਰਾਨ ਖਾਨ ਦੇ ਇੰਨੇ ਜਲਸੇ ਹੋਏ ਨੇ ਸਾਰੇ ਜਿਹੜਾ ਨਾ ਪੁਰਸਕੂਨ ਜਲਸੇ ਨੇ ਪੁਰਅਮਨ ਕਿਸੇ ਕਿਸਮ ਦੀ ਤੋੜ ਭੰਨ ਨਹੀਂ ਕੀਤੀ ਗਈ ਪ੍ਰੋਪਰ ਹਰ ਬੰਦੇ ਨੂੰ ਪ੍ਰੋਪਰ ਸੈਂਸ ਹੈਗੀ ਹੈ ਯਾਰ ਆਪਣੇ ਦੇ ਮਕਸਦ ਇਹ ਕਿ ਮਤਲਬ ਸਾਰਿਆਂ ਨੇ ਕੀਤੇ ਨੇ ਲੌਂਗ ਮਾਰਚ ਕਰਕੇ ਇਸਲਾਮਾਬਾਦ ਤੱਕ ਵੀ ਆਨੇ ਲੇਕਿਨ ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ ਹੈ ਇਸ ਤਰ੍ਹਾਂ ਮਤਲਬ ਕਿ ਠੀਕ ਹੈ ਤੁਸੀਂ ਆਓ ਉਹਨਾਂ ਨੇ ਇਹ ਗੱਲ ਕੀਤੀ ਕਿ ਆਓ ਲੇਕਿਨ ਅਗਰ ਕੋਈ ਤੋੜ ਫੋੜ ਕਰੇਗਾ ਜਾਂ ਕੋਈ ਮਤਲਬ ਕਿ ਗੈਰ ਅਖਲਾਕੀ ਹਰਕਤ ਕਰੇਗਾ ਤਾਂ ਫਿਰ ਉਹਦੇ ਤੇ ਐਕਸ਼ਨ ਲਿਆ ਜਾਏਗਾ ਤੁਸੀਂ ਇਹੀ ਗੱਲ ਕਰੋ ਉਲਟਾ ਉਹ ਕਰਨ ਦੇ ਇਹਨਾਂ ਨੇ ਕੰਟੇਨਰ ਲਾ ਦਿੱਤੇ ਨੇ ਗਰੀਬ ਆਵਾਮ ਦੀ ਰੋਜ਼ੀ ਬੰਦ ਕਰਤੀ ਹੈ ਉਹਨਾਂ ਦੇ ਕੰਟੇਨਰ ਖੋ ਖੋ ਕੇ ਤੇ ਆ ਜਿਹੜੀਆਂ ਗ੍ਰਿਫਤਾਰੀਆਂ ਕਰਦੇ ਪਏ ਨੇ ਇਹਨਾਂ ਦੇ ਬਾਰੇ ਚ ਕੀ ਖਿਆਲ ਹੈ ਕਿਉਂਕਿ ਮੇਰਾ ਨਹੀਂ ਖਿਆਲ ਕਿ ਇਹ ਕਾਨੂੰਨੀ ਤੌਰ ਤੇ ਮਤਲਬ ਇਹ ਤਰੀਕਾ ਅੱਛਾ ਹੈਗਾ ਨਾ ਕੋਈ ਵਾਰੰਟ ਇਸ਼ੂ ਹੋ ਰਿਹਾ ਨਾ ਕਿਤੋਂ ਵਾਰੰਟ ਅਪਰੂਵ ਹੋ ਰਿਹਾ ਅੱਧੀ ਰਾਤ ਨੂੰ ਵੀ ਕੰਨਾਂ ਟੱਪ ਰਹੇ ਨੇ ਮਤਲਬ ਸਮਝ ਨਹੀਂ ਆ ਰਹੀ ਕੀ ਚੱਕਰ ਚੱਲਦਾ ਪਿਆ ਇਹ ਫਜੇ ਕੰਮ ਤੇ ਚੋਰ ਵੀ ਨਹੀਂ ਕਰਦੇ ਮਤਲਬ ਚੋਰ ਵੀ ਐਟਲੀਸਟ ਜਿਹੜਾ ਕੰਮ ਪਾਉਂਦੇ ਨੇ ਉਹ ਪਤਾ ਨਹੀਂ ਲੱਗਣ ਦਿੰਦੇ ਤੇ ਕੰਨਾਂ ਬੂਹੇ ਟੱਪਦੇ ਨੇ ਪੂਰਾ ਮੱਲਾ ਉੱਠ ਜਾਂਦਾ ਗੱਡੀਆਂ ਇੰਨੀਆਂ ਲੈ ਕੇ ਜਾਂਦੇ ਨੇ ਮੈਨੂੰ ਸਮਝ ਨਹੀਂ ਆਈ ਪਰ ਤੁਸੀਂ ਜੇ ਕਰਨਾ ਹੀ ਹੈ ਤਾਂ ਦਿਨੇ ਕਰੋ ਰਾਤੀ ਕਿਉਂ ਕਰ ਰਹੇ ਹੋ ਚੋਰਾਂ ਹਰ ਛੁਪ ਛੁਪ ਕੇ ਉਹ ਰਾਤੀ ਇਸ ਲਈ ਕਰਦੇ ਨੇ ਕਿ ਬੰਦਾ ਦਿਨ ਦੇ ਟਾਈਮ ਘਰ ਨਹੀਂ ਹੁੰਦਾ ਨਾ ਬੰਦਾ ਦਿਨ ਦੇ ਟਾਈਮ ਸਾਰੇ ਕੰਮ ਕਰਦੇ ਉਹ ਇਹਨਾਂ ਨੂੰ ਆਲਰੇਡੀ ਪਤਾ ਇੰਨੇ ਕਾਕੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਬਾਈ ਕਿ ਰਾਤ ਨੂੰ ਵੀ ਇਹਨਾਂ ਦੀ ਘਰ ਨਹੀਂ ਮਿਲਦੀ ਉਹ ਅਸਲ 'ਚ ਪਤਾ ਕਿਵੇਂ ਲੱਗੇ ਉਹਨਾਂ ਨੂੰ ਕਿਉਂਕਿ ਇਸ ਟਾਈਮ ਪੂਰੀ ਆਵਾਮ ਜਿਹੜੀ ਇਮਰਾਨ ਖਾਨ ਤੇ ਉਹਨਾਂ ਦੇ ਸਪੋਰਟਰਸ ਦੇ ਨਾਲ ਹੈਗੀ ਹੈ ਤੇ ਉਹਨਾਂ ਨੂੰ ਜਿਹੜੀ ਮੁਖਬਰੀਆਂ ਜਿਹੜੀਆਂ ਹੁੰਦੀਆਂ ਸਨ ਅੱਜ ਤੋਂ ਕੁਝ ਸਾਲ ਪਹਿਲੇ ਜਿਹੜੇ ਲੋਕ ਮੁਖਬਰੀ ਕਰ ਦਿੰਦੇ ਹੁੰਦੇ ਹਨ ਕਿ ਹਾਂਜੀ ਸਰ ਠੀਕ ਹੈ ਘਰ ਹੀ ਹੈਗੇ ਹੁਣ ਜਾਂਦਾ ਅੰਦਰ ਵੇਖਿਆ ਉਹ ਅੰਨੇਵਾ ਛਾਪੇ ਮਾਰੇ ਸਮਝ ਰਹੇ ਨੇ ਕਿ ਨਿਰੇ ਇਹ ਜਿਹੜੇ ਨੇ ਉਹ ਆਪਣੇ ਐਮਐਨਏ ਐਮਪੀਏਸ ਨੂੰ ਜਿਹੜਾ ਨਾ ਹੋਟਲਾਂ ਦੇ ਵਿੱਚ ਜਿਹੜਾ ਉਹ ਮਹੀਨਾ ਮਹੀਨਾ ਕੈਦ ਕਰਕੇ ਤੇ ਉਹਨਾਂ ਨੂੰ ਜੇ ਕੀ ਉਹਨਾਂ ਆਦੇ ਨੇ ਮਤਲਬ ਕਿ ਸਿਕਿਉਰਿਟੀ ਦੇ ਦੇ ਨੇ ਜਿਹੜਾ ਉਹਨਾਂ ਦੀ ਤੁਸੀਂ ਬਿਲਕੁਲ ਇਹ ਸਾਰੀ ਜਿਹੜੀ ਪੀਟੀਆਈ ਦੇ ਵੱਡੇ ਵੱਡੇ ਕਾਰਕੁਨ ਜਿੰਨੇ ਅਰਕਾਨ ਨੇ ਸਾਰੇ ਮੇਰਾ ਤੇ ਜਿੱਥੋਂ ਦਾ ਆਈਡੀਆ ਹੈ ਨਹੀਂ ਕੇਪੀ ਕੇ ਬੈਠੇ ਜਾ ਕੇ ਲੇਕਿਨ ਫਿਰ ਵੀ ਬਾਸ ਨਹੀਂ ਆ ਰਹੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੰਨੇ ਜ਼ਲੀਲ ਇਮਰਾਨ ਖਾਨ ਵੀ ਬੈਗ ਨੀਰਾ ਜਿਹੜਾ ਨਾ ਹੁਣ ਅੱਗੋ ਉਹ ਆਦੇ ਨਾ ਪੰਜਾਬੀ ਗਿਚਕੀਲੀ ਕੁੱਟੀ ਬੈਠਾ ਵੀ ਆਦਾ ਮੈਂ ਤੇ ਡਰ ਗਈ ਹਾਂ ਵੀਡੀਓ ਦੇਖੀ ਅੱਜ ਦੀ ਜਿਹੜਾ ਇਹਨਾਂ ਜੱਸਾ ਨੂਨ ਲੀਗ ਵਾਲਿਆਂ ਨੇ ਆਪਣਾ ਕੈਂਸਲ ਕਰਾਇਆ ਤੇ ਵਿੱਚ ਵਾਟਰ ਟੈਂਕ ਖਲਾ ਰਹੇ ਹੋਏ ਨੇ ਹਾਂ ਮੈਂ ਵੇਖੀ ਵੇਖੀ ਆਪ ਜਿਹੜਾ ਨਾ ਪਾਣੀ ਉੱਤੇ ਇੱਕ ਵੀਡੀਓ ਹੋਰ ਵੀ ਆਈ ਹੈ ਜੱਸੇ ਵਾਲੇ ਤੋਂ ਬਾਅਦ ਜਿਹੜਾ ਉਹ ਬਰਿਆਨੀ ਤਕਸੀਮ ਹੋ ਰਹੀ ਹਾਂ ਸੜਕ ਦੇ ਉੱਤੇ ਉਹ ਵੀ ਦੇਖੀ ਮੈਂ ਤੁਸੀਂ ਇਹਨਾਂ ਦਾ ਅੰਦਾਜ਼ਾ ਲਗਾ ਲਓ ਕਿ ਇਸ ਹੱਦ ਤੱਕ ਗਿਰ ਚੁੱਕੇ ਹੋਏ ਨੇ ਕਿ ਆਵਾਮ ਉਹਨਾਂ ਨੂੰ ਪਤਾ ਕਿਸੇ ਵੀ ਜਲਸੇ 'ਚ ਆਵਾਮ ਨਹੀਂ ਆ ਰਹੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਹੈਗੇ ਉਹ ਫਿਰ ਜਲਸੇ ਕੈਂਸਲ ਕਰਕੇ ਤੇ ਉੱਥੇ ਆਪਣੇ ਵਾਟਰ ਟੈਂਕ ਭੇਜ ਕੇ ਤੇ ਉੱਥੇ ਪਾਣੀ ਸਟਾ ਰਹੇ ਨੇ ਕਿ ਉਹ ਗਰਾਊਂਡ 'ਚ ਜਿਹੜਾ ਨਾ ਪਾਣੀ ਇਕੱਠਾ ਹੋ ਗਿਆ ਜਿਹਦੀ ਵਜ੍ਹਾ ਨਾਲ ਜਲਸਾ ਕੈਂਸਲ ਹੋ ਗਿਆ ਹਾਲਾਂਕਿ ਬਾਰਿਸ਼ ਤੇ ਮਸਾ ਹੋਈ ਨਹੀਂ ਸੀ ਕਣੀਆਂ ਥੋੜੀਆਂ ਥੋੜੀਆਂ ਪਈਆਂ ਜਿਹਦੇ ਨਾਲ ਜਗ੍ਹਾ ਵੀ ਗਿੱਲੀ ਨਹੀਂ ਹੁੰਦੀ ਅੱਗੇ ਅੱਗੇ ਵੀ ਜਿਹੜਾ ਕੋਈ ਥੋੜੀ ਜੀ ਆਵਾਮ ਜੀ ਬਰਿਆਨੀ ਜਾਂ ਕੀਮੇ ਵਾਲੇ ਨਾਂ ਤੇ ਟੁਰ ਜਾਂਦੀ ਹੁੰਦੀ ਹੈ ਉਹ ਜਦੋਂ ਇਮਰਾਨ ਖਾਨ ਨੇ ਨਵਾਂ ਵੀ ਡਰਾਮਾ ਪਾਇਆ ਉਹਨਾਂ ਨੇ ਉਹ ਵੀ ਜਿਹੜੇ ਨੇ ਰਿਜੈਕਟ ਕਰਤੇ ਨੇ ਆਖਿਆ ਐਬਸੋਲੂਟਲੀ ਨਾਟ ਟੂ ਕੀਮਾ ਨਾਂ ਤੇ ਬਰਿਆਨੀ
ਹੁਣ ਉਹਦੇ ਤੇ ਵੀ ਨਹੀਂ ਜਾਂਦੇ ਹੁਣ ਜਾਂਦੇ ਨੇ ਲੈ ਕੇ ਖਾ ਕੇ ਘਰ ਆ ਜਾਂਦੇ ਨੇ ਬਿਲਕੁਲ ਅੱਛਾ ਪ੍ਰਦੇਸ਼ੀ ਮੁੰਡੇ ਯਾਰ ਮੈਨੂੰ ਇਹ ਦੱਸ ਤੇ ਮਤਲਬ ਤੇਰੇ ਖਿਆਲ ਚ ਜਿਹੜਾ ਧਰਨਾ ਹੋਣਾ ਕੱਲ ਇਹਦੇ ਵਿੱਚ ਕੀ ਸਿਚੁਏਸ਼ਨ ਹੋਏਗੀ ਕਿਉਂਕਿ ਨਿਊਜ਼ ਤਾਂ ਅਸੀਂ ਦੇਖ ਲਈਏ ਜਿਫਰ ਜਿਹਾ ਤਿਆਰੀਆਂ ਕਰਦੇ ਪਏ ਨੇ ਪਹਿਲੇ ਤਾਂ ਹੈ ਕਿ ਦੋ ਨੰਬਰ ਤਰੀਕੇ ਨਾਲ ਜਿਹੜੀਆਂ ਗ੍ਰਿਫਤਾਰੀਆਂ ਦੀ ਕੋਸ਼ਿਸ਼ ਕਰਦੇ ਪਏ ਨੇ ਦੂਸਰਾ ਸੁਣਨ 'ਚ ਆ ਰਿਹਾ ਬੜੇ ਕੰਟੇਨਰ ਇਸਲਾਮਾਬਾਦ ਇੱਧਰ ਉੱਧਰ ਸ਼ਹਿਰਾਂ 'ਚ ਰੱਖੇ ਜਾ ਰਹੇ ਨੇ ਅਤੇ ਮੈਨੂੰ ਲੱਗ ਰਿਹਾ ਕਿ ਸਿਚੁਏਸ਼ਨ ਬੜੀ ਜਿਹੜਾ ਨਾ ਖਰਾਬ ਹੋਣ ਵਾਲੀ ਕੀ ਖਿਆਲ ਹੈ ਇਸ ਬਾਰੇ 'ਚ ਇਸ 'ਤੇ ਕੁਐਸਚਨ ਗੋਈ ਕਰਾਂਗਾ ਮੈਂ ਦੋ ਚੀਜ਼ਾਂ 'ਤੇ ਪਹਿਲੀ ਚੀਜ਼ ਅਤੇ ਹਾਲਾਤ ਬਹੁਤ ਖਰਾਬ ਕਰਨੇ ਨੇ ਨੂਨ ਮਤਲਬ ਕਿ ਗੌਰਮੈਂਟ ਨੇ ਗੌਰਮੈਂਟ ਠੀਕ ਹੈ ਨੂਨ ਨਹੀਂ ਉਹਦੇ ਵਿੱਚ ਪੀ ਪੀ ਵੀ ਸਾਰੀਆਂ ਮਿਲਾ ਕੇ ਹੀ ਹਨ ਪੀ ਡੀ ਐਮ ਜਿਹੜੀ ਇਹਨਾਂ ਨੇ ਕੋਸ਼ਿਸ਼ ਮੇਰੇ ਖਿਆਲ ਨਾਲ ਕਰਨੀ ਹੈ ਕਿ ਉਹਨਾਂ ਨੇ ਹਾਲਾਤ ਖਰਾਬ ਕਰਨੇ ਨੇ ਆਲਰੇਡੀ ਕੰਟੇਨਰ ਵਗੈਰਾ ਉਹਨਾਂ ਨੇ ਲਾਏ ਨੇ ਲੇਕਿਨ ਉਹ ਲਾਜ਼ਮੀ ਗੱਲ ਉਹਨਾਂ ਹਟਾਉਣੇ ਨੇ ਉਹਨਾਂ ਹਟਾ ਕੇ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਇਹਨਾਂ ਨੇ ਉਹਨਾਂ ਦਾ ਹਾਲਾਤ ਕਾਫੀ ਖਰਾਬ ਕਰਨੇ ਨੇ ਕਾਫੀ ਗ੍ਰਿਫਤਾਰੀਆਂ ਇਹਨਾਂ ਨੇ ਕੱਲ ਕਰਨੀਆਂ ਨੇ ਸ਼ੈਲਿੰਗ ਹੋਏਗੀ ਉਹ ਆਂਸੂ ਗੈਸ ਜਿਹੜੀ ਉਹ ਵੀ ਸੱਟਣਗੇ ਅਤੇ ਦੂਸਰੀ ਪੇਸ਼ੈਂਟ ਕੋਈ ਇਹ ਵੀ ਕਰ ਲਓ ਮੈਂ ਹੁਣ ਤੁਹਾਨੂੰ ਕਹਿੰਦਾ ਲਿਖ ਲਓ ਮੇਰੀ ਗੱਲ ਕਿ ਕੱਲ ਜਨਾਬ ਖਬਰ ਤੁਹਾਨੂੰ ਮਿਲੇਗੀ ਕਿ ਪੀ ਟੀ ਆਈ ਕੇ ਕਾਰਕੁਨਾਨ ਨੇ ਤਬਾਹੀ ਕਰਤੇ ਹੋਏ ਪੁਲਿਸ ਪਰ ਹਮਲਾ ਕਰ ਦਿਆ ਫਾਇਰਿੰਗ ਕੀ ਗਈ ਔਰ ਬਾਅਦ ਚ ਜਨਾਬ ਜਦੋਂ ਪਤਾ ਚੱਲੇਗਾ ਕਿ ਇਹ ਨੂਨ ਲਿਖਦੇ ਹੀ ਬੰਦੇ ਸੀ ਜਿਹੜੇ ਪਹਿਲੇ ਉਹਨਾਂ ਨੇ ਵਿੱਚ ਭੇਜੇ ਸੀ ਆਪ ਔਰ ਬਾਅਦ ਚ ਉਹਨਾਂ ਨੇ ਫਾਇਰਿੰਗ ਕੀਤੀ ਜਿਵੇਂ ਉਹ ਸੋਦੀਆ ਹੋਇਆ ਤੇ ਦੂਜੀ ਜਗ੍ਹਾ ਤੇ ਦੋ ਜਗ੍ਹਾ ਤੇ ਹੋਇਆ ਪਹਿਲੇ ਮਾਮਲਾ ਵਿੱਚ ਬੱਦਲ ਬ੍ਰੇਕ ਲੈ ਲਈਏ ਥੋੜੀ ਬੱਦਲ ਦਾ ਸ਼ੋਰ ਆ ਰਿਹਾ ਬੱਦਲ ਦਾ ਸ਼ੋਰ ਖੈਰ ਕੁਝ ਨਹੀਂ ਹੁੰਦਾ ਅੱਛਾ ਹਾਂ ਉੱਥੇ ਏਡੇ ਏਡੇ ਬੱਦਲ ਕਰੇ ਜਿਹੜੇ ਨੇ ਮਤਲਬ ਮੇਰੇ ਪਰਸਨਲ ਕੁਝ ਜਾਣਨੇ ਵਾਲੇ ਹੈਗੇ ਨੇ ਜਿਹੜੇ ਪੁਲਿਸ 'ਚ ਹੈਗੇ ਨੇ ਮੇਰੇ ਨਾਲ ਪੜ੍ਹਦੇ ਰਹੇ ਨੇ ਮੇਰਾ ਜਿਹੜਾ ਨਾ ਕਹਿ ਲਓ ਫੈਮਿਲੀ ਦਾ ਮੈਂਬਰ ਭਾਈ ਹੈਗਾ ਉਹ ਵੀ ਪੁਲਿਸ ਦੇ ਵਿੱਚ ਹੈਗਾ ਆ ਲੋਟ ਆਫ ਜੋ ਆਰਮੀ ਕੇ ਬੰਦੇ ਹੈ ਉਹ ਵੀ ਕਾਫੀ ਮੇਰੇ ਦੋਸਤ ਰਹੇ ਹੈ ਉਨਕੀ ਫੈਮਿਲੀਜ਼ ਅਭੀ ਹੈ ਆਰਮੀ ਮੇਂ ਪਰਸਨਲੀ ਦਿਲ ਸੇ ਔਰ ਜੋ ਇੱਕ ਜਜ਼ਬਾ ਹੈ ਉਸਕੇ ਲਿਹਾਜ਼ ਸੇ ਕੋਈ ਵੀ ਬੰਦਾ ਇਨਕੇ ਸਾਥ ਨਹੀਂ ਹੈ ਲੇਕਿਨ ਚੂੰਕਿ ਜਿਸ ਤਰ੍ਹਾਂ ਕੇ ਪਿੱਛੇ ਗੰਦੇ ਹੁਕਮਰਾਨ ਬੈਠੇ ਹੋਣਗੇ ਉਹ ਜੋ ਆਰਡਰ ਦੇਣਗੇ ਉਨਕੋ ਫਾਲੋ ਕਰਨਾ ਪੜਤਾ ਹੈ ਇਸ ਲਈ ਪੁਲਿਸ ਵੀ ਮਜਬੂਰ ਹੈ ਆਰਮੀ ਵਾਲੇ ਵੀ ਮਜਬੂਰ ਹੈ ਤੋ ਇਹ ਸਮਝ ਨਹੀਂ ਆ ਰਹੀ ਮੁਲਕ ਜੋ ਹੈ ਨਾ ਕਿਸ ਤਰਫ ਜਾ ਰਿਹਾ ਮੁਝੇ ਤੋ ਲੱਗ ਰਿਹਾ ਕਿ ਇਹ ਹਾਲਾਤ ਸ਼੍ਰੀਲੰਕਾ ਵਾਲੇ ਹੋ ਜਾਣੇ ਹੈ ਹੋਣੇ ਵਾਲੇ ਔਰ ਸ਼ਬਾਸ਼ ਸ਼ਰੀਫ ਕੋ ਆਵਾਮ ਨੇ ਸੜਕ ਤੇ ਘਸੀਟ ਕੇ ਨਾ ਜਲੂਸ ਵਗੈਰਾ ਆਣੇ ਨੇ ਸਾਰਾ ਹਰ ਚੀਜ਼ ਲੌਂਗ ਮਾਰਚ ਅਗਰ ਉਹਨਾਂ ਨੇ ਰੋਕਿਆ ਰੋਕ ਕੇ ਉਹਨਾਂ ਨੇ ਤਸ਼ੱਦਦ ਕੀਤਾ ਲਾਜ਼ਮੀ ਗੱਲ ਹੈ ਕੋਈ ਰਿਐਕਸ਼ਨ ਆਏਗਾ ਠੀਕ ਹੈ ਦੂਸਰੀ ਅਗਰ ਇਹਨਾਂ ਨੇ ਮਤਲਬ ਉਹ ਪਲੈਨਿੰਗ ਕਰਕੇ ਆਪਣੇ ਬੰਦੇ ਦੇ ਅੰਦਰ ਭਿਜਵਾ ਕੇ ਉਹਨਾਂ ਕੋਲੇ ਫਾਇਰਿੰਗ ਕਰਵਾਈ ਆਪਣੇ ਉੱਤੇ ਠੀਕ ਹੈ ਤੇ ਅਗਰ ਤੇ ਫਾਇਰਿੰਗ ਦੇ ਤਬਾਦਲੇ 'ਚ ਕੋਈ ਪੁਲਿਸ ਅਹਿਲਕਾਰ ਮਰਦਾ ਮਰਦਾ ਕੋਈ ਇੱਕ ਦੋ ਮਰਦੇ ਨੇ ਉਹ ਤੇ ਪੀ ਟੀ ਆਈ 'ਚ ਪੈ ਜਾਣੇ ਜੇ ਬਹੁਤ ਜ਼ਿਆਦਾ ਮਰੇ ਫਿਰ ਪੀ ਟੀ ਆਈ ਹੋਏਗਾ ਫਿਰ ਉਹਨਾਂ ਦੀ ਪਲੈਨਿੰਗ ਹੋਏਗੀ ਅਗਰ ਬਹੁਤ ਜ਼ਿਆਦਾ ਮੌਤ ਹੋਣੀਆਂ ਨੇ ਪੁਲਿਸ ਅਹਿਲਕਾਰਾਂ ਦੀਆਂ ਲੇਕਿਨ ਅਗਰ ਇੱਕ ਦੋ ਹੁੰਦੀਆਂ ਨੇ ਬਸ ਹਵਾਈ ਫਾਇਰਿੰਗ ਹੁੰਦੀ ਹੈ ਬਹੁਤ ਜ਼ਿਆਦਾ ਉਹਦਾ ਮਤਲਬ ਹਰ ਬੰਦੇ ਨੂੰ ਆਪ ਹੀ ਸਮਝ ਜਾਣਾ ਚਾਹੀਦਾ ਕਿ ਮੌਤ ਵਾਲਾ ਸੀਨ ਤੇ ਨਹੀਂ ਹੋਏਗਾ ਲੇਕਿਨ ਇਹ ਕਿ ਦੇਖੋ ਨਾ ਉਹ ਵੀ ਤਾਂ ਸ਼ੈਲਿੰਗ ਕਰ ਰਹੇ ਹਰ ਚੀਜ਼ ਕਰ ਲੈਣੇ ਆਵਾਮ ਵੀ ਉਤਨੀ ਤਪੀ ਹੈ ਅਗਰ ਆਵਾਮ ਰਿਐਕਸ਼ਨ ਦੇਗੀ ਨਾ ਤੇ ਫਿਰ ਆਵਾਮ ਉਹ ਹੀ ਕਰੇਗੀ ਜਿਹੜਾ ਅੱਗੇ ਦੋ ਵਾਰੀ ਉਹ ਟੀ ਐਲ ਪੀ ਕੇ ਜਿਹੜੇ ਨਾਲ ਹੋ ਚੁੱਕਿਆ ਉਹ ਜਦੋਂ ਉਹਨਾਂ ਨੇ ਫੜ ਫੜ ਮਾਰੇ ਸੀ ਸ਼ਹੀਦ ਵੀ ਹੋਏ ਸੀ ਕਾਫੀ ਸਾਰੇ ਤੋਂ ਉਦੋਂ ਪਤਾ ਲੱਗ ਰਿਹਾ ਸੀ ਕਿ ਇਹ ਭਾਈ ਉਹ ਆਪ ਕਰ ਰਹੇ ਨੇ ਕੋਈ ਹਕੂਮਤ ਨਹੀਂ ਕਰਵਾ ਰਹੀ ਹੈ ਕੋਈ ਜਿਹੜਾ ਵੀ ਉਸ ਵਕਤ ਬਿਲਕੁਲ ਬਿਲਕੁਲ ਅਗਰ ਉਹੀ ਗੱਲ ਕਿ ਜ਼ਖਮੀ ਹੋ ਜਾਂਦੇ ਨੇ ਦੋ ਚਾਰ ਜਾਂ ਇੱਕ ਅੱਧਾ ਕੋਈ ਮਰ ਜਾਂਦਾ ਉਹਦਾ ਮਤਲਬ ਸਾਫ਼ ਨਜ਼ਰ ਆ ਰਿਹਾ ਕਿ ਉਹ ਪੀ ਟੀ ਆਈ ਨਹੀਂ ਕਰਵਾ ਰਹੀ ਉਹ ਇਹਨਾਂ ਆਪਣੇ ਬੰਦੇ ਵੇਚ ਕੇ ਉਹਨਾਂ ਕਰਵਾਏ ਨੇ ਕਿ ਬਸ ਤੁਸੀਂ ਸਿਰਫ ਜਿਹੜਾ ਨਾ ਉਹ ਹੱਲਾ ਗੁੱਲੀ ਕਰਨੀ ਹੈ ਤਾਂ ਕਿ ਆਵਾਮ ਤੇ ਤਾਸੁਰ ਪਵੇ ਕਿ ਜਿਹਨਾਂ ਪੀ ਟੀ ਆਈ ਵਾਲੇ ਕਰ ਰਹੇ ਨੇ ਬਿਲਕੁਲ ਹਾਂ ਤੇ ਅਗਰ ਇਹ ਗੱਲਾਂ ਹੋਈਆਂ ਤੇ ਹਾਲਾਤ ਬਹੁਤ ਖਰਾਬ ਹੋ ਜਾਣੇ ਨੇ ਤੇ ਫਿਰ ਮੈਨੂੰ ਲੱਗ ਰਿਹਾ ਕਿ 25 ਨਹੀਂ ਤੇ 26 ਤਰੀਕ ਨੂੰ ਜਿਹੜਾ ਨਾ ਜਾਂ 27 ਤੱਕ ਆਪਣਾ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਇਸਲਾਮਾਬਾਦ ਦੀਆਂ ਸੜਕਾਂ 'ਤੇ ਘਸੀਟੇ ਹੋਏ ਨਜ਼ਰ ਆਉਣਗੇ ਤੇ ਜਿਹੜੇ ਨੇ ਹਮਜ਼ਾ ਸ਼ਬਾਜ਼ ਸ਼ਰੀਫ ਉਹ ਮੇਰਾ ਖਿਆਲ ਲਾਹੌਰ ਦੀਆਂ ਸੜਕਾਂ 'ਤੇ ਘਸੀਟੇ ਇੰਨਾ ਨਜ਼ਰ ਆਏਗਾ ਉਹ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦੀ ਬਦਮਾਸ਼ੀ ਕਰ ਰਹੇ ਨੇ ਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਹਮਜ਼ਾ ਸ਼ਬਾਜ਼ ਸ਼ਰੀਫ ਵੀ ਜਿਹੜਾ ਨਾ ਆਪਣੇ ਅਹੁਦੇ ਦੇ ਕਾਬਿਲ ਨਹੀਂ ਹੈਗਾ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਲੇਕਿਨ ਬਦਮਾਸ਼ੀ ਚੱਲ ਰਹੀ ਹੈ ਆਪਣੇ ਆਰਡਰ ਦੇ ਰਹੇ ਨੇ ਜਿਹਨੂੰ ਮਰਜ਼ੀ ਚੁੱਕ ਰਹੇ ਨੇ ਸਮਝ ਨਹੀਂ ਆ ਰਹੀ ਸਿਚੁਏਸ਼ਨ ਜਿਹੜੀ ਨਾ ਆਊਟ ਆਫ ਕੰਟਰੋਲ ਜਾ ਰਹੀ ਹੈ ਅਤੇ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਨਾ ਅਗਰ ਇਹ ਸਿਚੁਏਸ਼ਨ ਰਹੀ ਜਿਵੇਂ ਪਿੱਛੇ ਇੱਕ ਦੋ ਨਿਊਜ਼ ਮੈਂ ਦੇਖੀ ਹੈ ਉਹਦੇ 'ਚ ਪਤਾ ਚੱਲ ਰਿਹਾ ਕਿ ਪੁਲਿਸ ਜਦੋਂ ਗ੍ਰਿਫਤਾਰੀ ਕਰਨ ਆਈ ਇੱਕ ਦੋ ਬੰਦਿਆਂ ਦੇ ਵੱਲ ਮੁਹੱਲੇ ਵਾਲੇ ਲੋਕ ਇਕੱਠੇ ਹੋ ਕੇ ਪੁਲਿਸ ਨੂੰ ਪੈ ਗਏ ਕਿਉਂਕਿ ਆਵਾਮ ਦਾ ਹੁਣ ਜਜ਼ਬਾ ਜਿਹੜਾ ਨਾ ਉਸ ਹੱਦ ਤੱਕ ਪਹੁੰਚ ਚੁੱਕਿਆ ਹੋਇਆ ਕਿ ਉਹ ਕਿਸੇ ਵੀ ਬੰਦੇ ਦੇ ਗਿਰੇਬਾਨ ਜਿਹੜੇ ਕਰਪਟ ਲੋਕ ਨੇ ਉਹਨਾਂ ਦੇ ਗਿਰੇਬਾਨ ਤੱਕ ਹੱਥ ਆਸਾਨੀ ਨਾਲ ਪਹੁੰਚ ਸਕਦਾ ਹਰ ਬੰਦੇ 'ਚ ਜਜ਼ਬਾ ਜਿਹੜਾ ਨਾ ਇਸ ਹੱਦ ਤੱਕ ਪਹੁੰਚ ਹੋ ਗਿਆ ਅਤੇ ਇਹ ਸੀ ਜੀ ਪਰਦੇਸੀ ਮੁੰਡੇ ਦੀ ਪ੍ਰੈਡਿਕਸ਼ਨ ਮੈਂ ਵੀ ਇਸ ਮਾਮਲੇ 'ਚ ਇਹੀ ਕਹਾਂਗਾ ਕਿ ਇਹਨਾਂ ਨੇ ਜਾਣ ਬੁੱਝ ਕੇ ਪ੍ਰੋਵੋਕ ਕਰਨਾ ਇਹਨਾਂ ਨੂੰ ਆਵਾਮ ਨੂੰ ਵਿੱਚ ਆਪਣੇ ਬੰਦੇ ਭੇਜ ਕੇ ਜਿਹੜਾ ਨਾ ਕਹਿ ਲਓ ਦੋ ਨੰਬਰ ਤਰੀਕੇ ਨਾਲ
ਲੋਕਾਂ ਨੂੰ ਥੋੜਾ ਪ੍ਰੋਵੋਕ ਕਰਨਾ ਕਿ ਪੁਲਿਸ ਤੇ ਹਮਲਾ ਕਰੋ ਜਾਂ ਇਸ ਤਰ੍ਹਾਂ ਦੀ ਹਰਕਤ ਕਰੋ ਤਾਂ ਕਿ ਪੁਲਿਸ ਜਿਹੜਾ ਨਾ ਉਹਨਾਂ ਤੇ ਬੈਕ ਰਿਐਕਸ਼ਨ ਸ਼ੋ ਕਰੇ। ਫਿਰ ਉਹ PTI ਦਾ ਇਮੇਜ ਖਰਾਬ ਕਰਨਾ ਜਿਹੜਾ ਨਾ ਕੋਸ਼ਿਸ਼ ਕਰਨਗੇ ਇੰਟਰਨੈਸ਼ਨਲ ਪਲੇਟਫਾਰਮ ਤੇ, ਦੇਖੋ ਜੀ ਇਹ PTI ਵਾਲੇ ਮੁਲਕ ਦੇ ਵਿੱਚ ਜਿਹੜਾ ਨਾ ਫਸਾਦ ਫੈਲਾ ਰਹੇ ਨੇ, ਆਵਾਮ ਨੂੰ ਗਲਤ ਸਾਈਡ ਤੇ ਲਾ ਰਹੇ ਨੇ ਇੰਜ ਤੇ ਉਹ। ਤੇ ਦੂਸਰਾ ਸ਼ਬਾਜ਼ ਸ਼ਰੀਫ ਤੇ ਆ ਜਿਹੜੇ ਜਿੰਨੇ ਵੀ ਅਹੁਦੇਦਾਰ ਨੇ, ਇਹ ਤੇ ਵੈਸੇ ਹੀ ਹੁਣ ਪਬਲਿਕ 'ਚ ਨਿਕਲਣ ਦੇ ਜਿਹੜਾ ਨਾ ਲਾਇਕ ਨਹੀਂ ਰਹੇ ਕਿਤੇ ਪਬਲਿਕ ਬਿਲਕੁਲ ਇੰਜੀ ਹੈ ਆਵਾਮ 'ਚ ਨਿਕਲ ਆਇਆ ਤੇ ਉਹ ਜੀ ਮਾਰ ਖਾ। ਤੇ ਬਸ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਹੋਰ ਅਗਰ ਮਹੀਨਾ ਇੰਜ ਦੀ ਸਿਚੁਏਸ਼ਨ ਰਹੀ ਨਾ, ਤੇ ਆ ਜਿੰਨੇ ਵੀ ਬੰਦੇ ਇਸ ਟਾਈਮ ਨੂਨ ਲੀਗ ਦੇ ਹੈਗੇ ਨੇ ਹਕੂਮਤ 'ਚ, ਇਹਨਾਂ ਦਾ ਉਹ ਲਾਲ ਏ ਵਾਲਾ ਸੀਨ ਹੋ ਜਾਣਾ, ਲਾਲ ਕੀ ਇਹਨਾਂ ਦਾ ਨੀਲਾ ਪੀਲਾ ਕਾਲਾ ਸਾਰੇ ਹੀ ਹੋ ਜਾਣਾ ਫਿਰ। ਬਿਲਕੁਲ ਇਹ ਮੈਂ ਪ੍ਰੋਟੈਕਸ਼ਨ ਕਿਉਂ ਕੀਤੀ ਹੈ, ਮੈਂ ਕਿਉਂ ਮਤਲਬ ਮੇਰਾ ਦਿਮਾਗ ਲੜਿਆ ਇਸ ਚੀਜ਼ ਤੇ ਕਿ ਇਹ ਕੰਮ ਹੋਏਗਾ ਕੱਲ, ਕਿਉਂਕਿ ਲਾਸਟ ਟਾਈਮ ਜਦੋਂ ਹੋਣਾ ਸੀ ਨਾ ਇੰਤਖਾਬ ਹੋਣਾ ਸੀ ਵਜ਼ੀਰ ਆਲਾ ਪੰਜਾਬ ਦਾ, ਜਿਸ ਦਿਨ ਅਸੈਂਬਲੀ ਵਿੱਚ ਲੜਾਈਆਂ ਹੋਈਆਂ ਸੀ ਉਸ ਦਿਨ, ਹਾਂ ਲੋਟਿਆਂ ਵਾਲੀ ਜਿਸ ਦਿਨ ਹੋਈ ਸੀ ਉਸ ਦਿਨ, ਇੱਕ ਬੰਦੇ ਨੇ ਅਗਰ ਤੁਹਾਨੂੰ ਪਤਾ ਨਹੀਂ ਤੁਸੀਂ ਵੇਖੀ ਨਹੀਂ, ਮੈਂ ਉਸ ਦਿਨ ਹੀ ਫਾਲੋ ਕਰ ਰਿਹਾ ਸੀ, ਅੱਜ ਫਿਰ ਉਸੇ ਬੰਦੇ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਹੁਣ ਸੁਣ ਰਿਹਾ ਸੀ 10-15 ਮਿੰਟ ਪਹਿਲੇ 20 ਮਿੰਟ ਪਹਿਲੇ ਉਸ ਬੰਦੇ ਦੀ ਪ੍ਰੈਸ ਕਾਨਫਰੰਸ ਹੋਈ ਅਸੈਂਬਲੀ ਤੋਂ ਥੋੜ੍ਹੀ ਦੇਰ ਪਹਿਲੇ, ਜਿਸ ਵਕਤ ਉਹਦੇ ਤੇ ਲੋਟੇ ਛੋਟੇ ਸੁੱਟੇ ਗਏ ਨਾ ਉਹ ਦੋਸਤ ਮਜ਼ਾਰੀ ਤੇ ਜਿਹੜਾ ਡਿਪਟੀ ਸਪੀਕਰ ਹੈ, ਉਸ ਤੋਂ ਬਾਅਦ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਇਹ ਆਪਣੇ ਬੰਦੇ ਲੈ ਕੇ ਆਏ ਨੇ ਔਰ ਇਹਨਾਂ ਨੇ ਅਜੇ ਲੜਾਈ ਕਰਨੀ ਹੈ ਔਰ ਇਹਨਾਂ ਦੇ ਦਿਲ ਇੱਕ ਦੇ ਬੰਦੇ ਨੂੰ ਮਾਰ ਵੀ ਦਈਏ। ਉਸ ਬੰਦੇ ਦਾ ਨਾਂ ਹੈ ਅਤਾ ਤਾਰਣ, ਸਾਨੂੰ ਚੋਰ ਚੋਰ ਇੰਜ ਨਾਰੇਬਾਜ਼ੀ ਕਰਦੇ ਹਕੂਮਤ ਜਾਂਦੇ, ਉਹਨੇ ਕਿਵੇਂ ਦਾ ਇੰਟਰਵਿਊ ਦਿੱਤਾ ਸੀ ਕਿ ਹੁਣ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹਨੇ ਕੋਈ ਇੰਜ ਦੀ ਗੱਲ ਕੀਤੀ ਤੁਹਾਨੂੰ ਫੜ ਕੇ, ਉਹਦੇ ਬਿਆਨ ਉਹਨਾਂ ਨੇ ਦਿੱਤੇ ਹੁੰਦੇ ਨੇ ਆਪਣਾ ਮੁੱਛੜ ਜਿਹੜਾ ਹੈ ਕੀ ਨਾਂ ਦਾ ਫੈਸਲਾਬਾਦੀ ਜਿਹੜਾ ਬਿਲਕੁਲ ਰਾਣਾ ਸਨਾਉਲਾ। ਅੱਛਾ ਤੇ ਉਸ ਦਿਨ ਉਹਨੇ ਜਨਾਬ ਆਪਣਾ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਠੀਕ 15 ਮਿੰਟ ਬਾਅਦ ਜਨਾਬ ਅਗਲਾ ਪੰਜਾਬ ਅਸੈਂਬਲੀ ਦੇ ਜਿਹੜੇ ਨਾ ਤੁਸੀਂ ਵੇਖ ਲਏ ਲੋਟੇ ਨਹੀਂ ਲੋਟੇ ਨਹੀਂ ਉਹ 15 ਮਿੰਟ ਬਾਅਦ ਤੁਸਾਂ ਨੇ ਉਹ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਗੱਲ ਕੀਤੀ ਸੀ ਉਹ ਤੁਸਾਂ ਰਾਸਤ ਵੇਖੀ ਫਿਰ ਉਸ ਤੋਂ ਬਾਅਦ 15 ਤੋਂ 20 ਮਿੰਟ ਮੈਕਸਿਮਮ ਟਾਈਮ ਹੋਣਾ ਬੇਸ਼ੱਕ ਜਦੋਂ ਪ੍ਰੋਇਜ਼ਲਾਈ ਨੂੰ ਇਹਨਾਂ ਨੇ ਕੁੱਟਿਆ ਛੁੱਟਿਆ ਫੜ ਕੇ, ਕਿਉਂਕਿ ਉਹ ਉਧਰੋਂ ਉਹਨੇ ਗੱਲ ਕਰਕੇ ਉਹਨਾਂ ਤੇ ਪਾ ਦਿੱਤੀ ਨਾਲ ਹੀ ਉਧਰੋਂ ਉਹਨਾਂ ਨੇ ਕੁੱਟ ਦਿੱਤਾ 15 ਮਿੰਟ ਬਾਅਦ। ਅੱਜ ਫਿਰ ਹੁਣ ਉਹਦੀ ਮੈਂ ਜਿਹੜੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਨਾ ਨਾਜ਼ਰੀਨ, ਵੇਖੋ ਮੇਰੀ ਗੱਲ ਇਤਨੀ ਸੱਚੀ ਕਿ ਅਸਮਾਨ ਵੀ ਰੋ ਰਿਹਾ, ਬਾਰਿਸ਼ ਸ਼ੁਰੂ ਹੋ ਗਈ ਹਲਕੀ ਹਲਕੀ, ਤੇ ਅੱਜ ਫਿਰ ਉਹਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਔਰ ਉਹ ਹੀ ਬੰਦਾ ਕਹਿ ਰਿਹਾ ਸੀ ਕਿ ਇਹਨਾਂ ਨੇ ਆਪਣਾ ਜਨਾਬ ਅਸਲਾ ਵਗੈਰਾ ਜੋ ਹੈ ਨਾ ਇਹ ਤਿਆਰ ਕਰ ਰਹੇ ਹੈ ਫਲਾਂ ਫਲਾਂ ਜਗ੍ਹਾ ਪੇ, ਕਾਫੀ ਸਾਰੀ ਜਗ੍ਹਾ ਪੇ ਹੋ ਰਹੀ ਹੈ ਵੋ, ਅਸਲ ਚ ਉਹ ਨਹੀਂ ਕਰ ਰਹੇ ਹੈ PTI ਵਾਲੇ, ਉਹ ਨੂਨ ਦੀ ਗੱਲ ਹੀ ਕਰ ਰਹੇ ਹੈ ਜਦੋਂ ਵੀਡੀਓ ਨੂੰ ਜਿਹੜਾ ਨਾ ਹੁਣ ਥੋੜਾ ਕਲੋਜ਼ਿੰਗ ਕਰਨ ਦਾ ਸੀ ਕਰੀ ਹੋਈ, ਵੈਸੇ ਬਾਰਿਸ਼ ਆ ਰਹੀ ਹੈ ਵੇਲੋ ਜਿਆ ਜਿਹੜਾ ਨਾ, ਉਹ ਤੋਂ ਮੈਸੇਜ ਆ ਗਿਆ ਅੱਲਾਹ ਤਾਲਾ ਦਾ ਕਿ ਬਸ ਕਰੋ, ਬਹੁਤ ਜਿਹੜਾ ਨਾ ਮਸ਼ਹੂਰ ਹੋ ਗਏ ਹੋ ਤੁਸੀਂ YouTube ਦੇ ਉੱਤੇ, ਤੇ ਮੇਰਾ ਪੁੱਤਰ ਆਪਣਾ ਅੰਦਰ ਜਾ ਕੇ ਨਾ ਕੰਮ ਕਰ ਕੰਮ ਗੱਲ ਕਰੋ, ਬਾਕੀ ਇਹ ਗੱਲਾਂ ਸਾਡੀਆਂ ਯਾਦ ਰੱਖੋ। ਇੱਕ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਹੀ ਸੀ, ਪਛੇਨਗੋਈਆਂ ਸਾਡੀਆਂ ਤੁਹਾਡੇ ਸਾਹਮਣੇ ਨੇ, ਤੇ ਬਾਕੀ ਦੁਆ ਹੀ ਕਰ ਸਕਦੇ ਆ ਤੁਸੀਂ ਵੀ ਦੁਆ ਕਰੋ ਆਮ ਮੁਲਕ ਦੇ ਅੱਗੇ ਜੋ ਮੁਲਕ ਦੇ ਅੱਗੇ ਵਿੱਚ ਕਿ ਜਿਹੜਾ ਕੋਈ ਬਿਹਤਰ ਹੈ ਉਹ ਆਵੇ, ਤੇ ਇਹ ਜਿਹੜਾ ਕੰਮ ਹੋ ਰਿਹਾ ਹੈ ਨਾ ਹੋਵੇ ਦੰਗੇ ਫਸਾਦ ਨਾ ਹੋਣ, ਇਹ ਨਾ ਹੋਵੇ ਸਾਡਾ ਹਾਲ ਵੀ ਸ਼੍ਰੀਲੰਕਾ ਵਾਲਾ ਹੋ ਜਾਏ ਜੀ। ਆ ਤੇ ਬਸ ਅੱਲਾਹ ਕੋਲੋਂ ਮਾਫੀ ਮੰਗੋ ਸਾਰੇ, ਠੀਕ ਹੈ ਫਿਰ ਜੀ, ਤੇ ਸਾਡੇ ਦਾ ਰੱਖਾ ਤੇ ਮੌਸਮ ਇੰਜੋਏ ਕਰੋ, ਪਤਾ ਨਹੀਂ ਹੁਣ ਬੈਸਟ ਟਾਈਮ ਪਾਕਿਸਤਾਨ 'ਚ ਕਿੰਜ ਦਾ ਮੌਸਮ ਹੈ, ਲੇਕਿਨ ਇੰਜੋਏ ਮਾਰ ਰਹੇ ਹੋ ਤੁਸੀਂ ਵੀ ਇੰਜੋਏ ਮਾਰੋ, ਅੱਲਾਹ ਹਾਫਿਜ਼, ਰੱਬ ਰੱਖਾ ਤੇ ਸਫਲ ਵਾਇਬ ਕਰ ਦੇਵੇ।